करोपी आड़तियां दी मार रेहां सपरेहां दी ब्लैक नकली बीजा राही हुंदी लुट बैंकां दा व्याज रिश्वत खोरां दी मार दा सताया होया किसान अपने दुखी दिल दे नाल अपनी भारत मां नूं इक उलांभा दिंदा गौर नाल सुनना भारत मां अगों की जवाब दिंदी है जी ਕਸ਼ੀਆਂ ਕਸਾਂ
ਜਵਾਨੀ ਭਾਰਤ ਮਾਂ ਅੱਜ ਤੇਰੇ ਦੇਸ਼ ਵਿੱਚ ਤੇਰਾ ਕਰੇ ਖੁਦਕਸ਼ੀਆਂ ਕਿਸਾਨੀ ਹੋਵੇ ਡਾਮਾ ਡੋਲ ਜਿੱਥੋਂ ਦਾ ਕਿਸਾਨ ਵੇ ਨਹੀਂ ਰਹਿੰਦੀਆਂ ਬਰਾੜਾਂ ਵੇ ਆਜ਼ਾਦੀਆਂ ਇਹ ਰਾਜਿਆ ਬੜਾ ਹੀ ਪਛਤਾਉਣਗੇ ਜਿਹੜੇ ਹੱਥੀ ਕਰੀ ਜਾਂਦੇ ਬਰਬਾਦੀਆਂ ਇਹ ਰਾਜਿਆ ਬੜਾ ਹੀ ਪਛਤਾਉਣਗੇ ਜਿਹੜੇ ਹੱਥੀ ਕਰੀ ਜਾਂਦੇ ਬਰਬਾਦੀਆਂ ਇੱਥੇ ਚਾਲੀ ਚਾਲੀ ਗੰਜ ਜੋੜ ਜੋੜ ਕੇ
ਬਿੱਲੋ ਸੱਜਰੇ ਪਿਆਰ ਨੂੰ ਜਾਵੇ ਨਾ ਨਜ਼ਰ ਲੱਗ ਇਸ਼ਕ ਬਹਾਰ ਨੂੰ ਪਰਦੇ ਚ ਰੱਖ ਬਿੱਲੋ ਸੱਜਰੇ
ਪੂਰੇ ਹੁੰਦੇ ਵੇਖੇ ਤਾਵਨੀ ਚੰਗੇ ਆਸ
ਸਾਡੀ ਕੱਪੜੇ ਨੀ ਬੜੇ ਰੋੜਾਂ ਤੇ ਸੀ ਹੱਥ ਰਗੜਾ कबड्डी कपड़े नी बड़े रोड़ा ते सी हट लगड़ाए पा दित्ती कदर कबड्डी कपड़े नी बड़े रोड़ा ते सी हट लगड़ा ਵਾਲੀਏ ਰਾਇਆ ਜਾਂਦਿਆ ਖੜੋ ਕੇ ਗੱਲ ਸੁਣ ਜਾ ਨੀ ਦੱਸ ਕੀ ਦੀ ਐ ਉਹ
ਜਾਕੇ ਕਾਲ ਜਣੀ ਗੱਭਰੂ ਦਾ ਪਿੰਦ ਨਾ ਸਰੇ ਉਹ ਬਿੱਲੋ ਰੱਖ ਲੈ ਮੋਬਾਈਲ ਲਾ ਕੇ ਕਾਲ ਜਣੀ ਗੱਭਰੂ ਦਾ ਪਿੰਦ ਨਾ ਸਰੇ खड़ी फोन प्या बंद कमरे च रह गया पहली रिंग उत्ते नहीं ता चुकना सी आप मामा ही से आपा गल पै गया पहली रिंग उत्ते नहीं ता चुकना सी आप नमा ही से आपा गल पै गया ओ 12 मिनटा च टराइयां बाई मारियां 12 मिनटा च टराइयां बाई मारियां तू करती कमाल मित्रा वे मेरी बेबे दे मेरी बेबे दे मेरी बेबे दे गंडासे वांगू ਇੱਕ ਨਾਨੀ ਗੱਭਰੂ ਦਾ ਪਿੰਦ ਨਾ ਸਰੇ ਬਿੱਲੋ ਰੱਖ ਲੈ ਮੋਬਾਈਲ ਲਾ ਕੇ ਕਾਲ ਜਣੀ ਗੱਭਰੂ ਦਾ ਪਿੰਦ ਨਾ ਸਰੇ ਸ਼ਰੀਕ ਮੇਰੀ ਜਿੰਦ ਦੀ ਹੈ ਤੈਨੂੰ ਵੇਖ ਵੇਖ ਦਿਨ ਕੱਟਦਾ ਨਿੰਦਰ ਨੀ ਤੂੰ ਬਣ ਗਈ ਸ਼ਰੀਕ ਮੇਰੀ ਜਿੰਦ ਦੀ ਕੋਈ ਲੱਭ ਕੇ ਵਚੋਲਾ ਗੱਲ ਤੋਰੀਏ ਕੋਈ ਲੱਭ ਕੇ ਵਚੋਲਾ ਗੱਲ ਤੋਰੀਏ ਨੀ ਔਖੇ ਦਿਨ ਲੰਘਦੇ ਵੜੇ ਨੀ ਬਿੱਲੋ ਰੱਖ ਲੈ ਰੱਖ ਲੈ ਰੱਖ ਲੈ ਮੋਬਾਈਲ ਲਾ ਕੇ ਇੱਕ ਨਾ ਨੀ ਗੱਭਰੂ ਦਾ ਪਿੰਦ ਨਾ ਸਰੇ ਬਿੱਲੋ ਰੱਖ ਲੈ ਮੋਬਾਈਲ ਲਾ ਕੇ ਕਾਲ ਜਣੀ ਗੱਭਰੂ ਦਾ ਬਹੁਰੇ ਫਿਰ ਨਵੇਕ ਮਡਰਾਉਂਦੇ ਬਈ ਜਵਾਨੀ
ਤੈਨੂੰ ਸ਼ਰਮ ਆਵੇ ਪਰ ਨਾ ਪੇਸ਼ ਕਿਸੇ ਦੀ ਜਾਵੇ ਖਵੀਆਂ ਹਰ ਇੱਕ ਚੋਪਰ ਖਾਵੇ ਖਵੀਆਂ ਹਰ ਇੱਕ ਚੋਪਰ ਖਾਵੇ ਬਈ ਇਸ ਕੱਚੀ ਕਚਰੀ ਤੇ ਨਹੀਂ ਤੂੰ ਸਾਨੀਆਂ ਮਿਲ ਜਾ ਵਾਂਗੂ ਨੀ ਵਹਿਣੇ ਕੀ ਦੀ ਛਤਰੀ ਤੇ ਸ਼ਹੀਦ ਊਧਮ ਸਿੰਘ ਜਦੋਂ ਸਨਾਮ ਵਿੱਚ ਪੈਦਾ ਹੋਇਆ ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇੱਕ ਦਿਨ ਇਹ ਬਾਲਕ ਮਹਾਨ ਗਦਰ ਇਨਕਲਾਬੀ ਸਾਬਤ ਹੋਵੇਗਾ। ਊਧਮ ਸਿੰਘ ਦਾ ਬਚਪਨ ਦਾ ਨਾਮ ਸਰਦਾਰ ਸ਼ੇਰ ਸਿੰਘ ਸੀ। ਸਨਾਮ ਤੋਂ ਜਾ ਕੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵਿੱਚ ਜਵਾਨ ਹੋਇਆ। 13 ਅਪ੍ਰੈਲ 1919 ਨੂੰ ਜੋ ਕਹਿਰ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਦੀ ਜਾਨ ਲੈ ਕੇ ਵਰਤਾਇਆ ਉਹ ਸਰਦਾਰ ਊਧਮ ਸਿੰਘ ਤੋਂ ਸਹਾਰਿਆ ਨਾ ਗਿਆ। ਉਦੋਂ ਪੰਜਾਬ ਦਾ ਗਵਰਨਰ ਸਰ ਮਾਈਕਲ ਅਡਵਾਇਰ ਸੀ। ਊਧਮ ਸਿੰਘ ਨੇ ਕਸਮ ਖਾਧੀ ਕਿ ਮੈਂ ਇੱਕ ਦਿਨ ਇਹਨਾਂ ਪਾਪੀ ਗੋਰਿਆਂ ਤੋਂ ਜ਼ਰੂਰ ਬਦਲਾ ਲਵਾਂਗਾ। ਗੌਰ ਨਾਲ ਸੁਣਨਾ, ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਦਾ ਹੋਇਆ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਊਧਮ ਸਿੰਘ ਜਾ ਕੇ ਵੈਰੀਆਂ ਦੇ ਹਿੱਕ ਵਿੱਚ ਹੈ ਕਿਵੇਂ ਗੋਲੀਆਂ ਮਾਰਦਾ ਜੀ।